ਟਰਾਂਸਪੋਰਟਾਂ ਦੀ ਹੜਤਾਲ ਕਰਕੇ ਪੁਲਤ ਤੇ ਨਾ ਲੱਗਦੇ ਪਿੰਡਾਂ 'ਚ ਪੈਟਰੋਲ ਪੰਪਾਂ ਤੇ ਲੋਕਾਂ ਵੱਲੋਂ ਤੇਲ ਪਵਾਉਣ ਕਰਕੇ ਲੱਗੀਆਂ ਭੀੜਾਂ। ਕੁਝ ਪੈਟਰੋਲ ਪੰਪਾਂ ਤੇ ਵਰਕਰਾਂ ਨਾਲ ਹੋਈ ਤਕਰਾਰ। ਸਬ ਡਿਵੀਜ਼ਨ ਕਸਬਾ ਪੁਲਤ ਤੇ ਨਾਲ ਲੱਗਦੇ ਪਿੰਡਾਂ 'ਚ ਪੈਟਰੋਲ ਪੰਪਾਂ ਤੇ ਲੋਕਾਂ ਦੀਆਂ ਭੀੜਾਂ ਤੇਲ ਪਵਾਉਣ ਲਈ ਦੇਖਣ ਨੂੰ ਮਿਲੀਆਂ। ਜ਼ਿਕਰਯੋਗ ਹੈ ਕਿ ਟਰਾਂਸਪੋਰਟਾਂ ਦੀ ਹੜਤਾਲ ਕਰਕੇ ਲੋਕ ਤੇਲ ਪਵਾਉਣ ਲਈ ਵੱਡੀ ਗਿਣਤੀ 'ਚ ਪੰਪਾਂ ਤੇ ਤੇਲ ਇਕੱਠੇ ਹੋਏ ਤੇ ਤੇਲ ਪਵਾਉਣ ਲਈ ਜੋ ਵੀ ਬਰਤਨ ਖਾਲੀ ਮਿਲਿਆ ਲੈ ਕੇ ਪੈਟਰੋਲ ਪੰਪਾਂ ਤੇ ਪਹੁੰਚੇ। ਪੈਟਰੋਲ ਪੰਪਾਂ ਤੋਂ ਇਲਾਵਾ ਪੁਲਤ ਪੈਟਰੋਲ ਪੰਪ, ਪੰਡੋਰੀ ਰਾਜਪੂਤਾ, ਨਡਾਲਾ ਰੋਡ, ਪੁਲਤ ਵੇਈ ਪੁਲ, ਪਿੰਡ ਬਾਗੜੀਆਂ, ਚੌਕ ਬਜਾਜ, ਭੱਠਾ, ਬਾਉਲੀ, ਬੁਟਰਾ, ਰਾਮਗੜ੍ਹ ਤੇ ਵੱਡੀ ਗਿਣਤੀ 'ਚ ਲੋਕਾਂ ਦੀਆਂ ਭੀੜਾਂ ਹੋਣ ਕਰਕੇ ਵਰਕਰਾਂ ਨਾਲ ਕੁਝ ਤਕਰਾਰ ਹੁੰਦਾ ਵੀ ਨਜ਼ਰ ਆਇਆ। ਬਾਗੜੀਆਂ ਪੈਟਰੋਲ ਪੰਪ 'ਤੇ ਤੇਲ ਖਤਮ ਹੋਣ ਕਰਕੇ ਪੈਟਰੋਲ ਪੰਪ ਦੇ ਮਾਲਕ ਕ੍ਰਿਸ਼ਨ ਲਾਲ ਬੈਲ ਨੂੰ ਪੰਪ ਬੰਦ ਕਰਕੇ ਘਰ ਜਾਣਾ ਪਿਆ। ਉਹਨਾਂ ਕਿਹਾ ਕਿ ਜਿਹੜਾ ਸਟਾਕ ਸਾਡੇ ਕੋਲ ਹੈ ਸੀ ਅਸੀਂ ਸੇਲ ਕਰ ਚੁੱਕੇ ਹਾਂ, ਹੁਣ ਤਾਂ ਜਦੋਂ ਹੜਤਾਲ ਖਤਮ ਹੋਵੇਗੀ ਉਦੋਂ ਹੀ ਤੇਲ ਮਿਲੇਗਾ। ਦੂਜੇ ਪਾਸੇ ਪੁਲਤ ਪੈਟਰੋਲ ਪੰਪ 'ਤੇ ਤੇਲ ਪਾਉਣ ਆਏ ਲਖਵਿੰਦਰ ਸਿੰਘ ਲੱਖੀ ਨੇ ਪੱਤਰਕਾਰਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਇਹੋ ਜਿਹੀਆਂ ਹੜਤਾਲਾਂ ਨਹੀਂ ਹੋਣੀਆਂ ਚਾਹੀਦੀਆਂ। ਜੋ ਹਾਲਤ ਕਾਨੂੰਨ ਡਰਾਈਵਰਾਂ ਵਾਸਤੇ ਬਣਿਆ ਹੈ ਇਹੋ ਜਿਹੇ ਕਾਨੂੰਨ ਨਹੀਂ ਬਣਨੇ ਚਾਹੀਦੇ, ਜਿਸ ਕਰਕੇ ਅੱਜ ਜੋ ਆਮ ਲੋਕਾਂ ਨੂੰ ਪੈਟਰੋਲ ਨਾ ਮਿਲਣ ਕਰਕੇ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਹੀ ਨਿੰਦਣਯੋਗ ਹੈ, ਜਿਸ ਕਰਕੇ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਪੁਲਤ ਤੋਂ ਪੱਤਰਕਾਰ ਪ੍ਰਿਆ ਪੁਲਤ ਦੀ ਵਿਸ਼ੇਸ਼ ਰਿਪੋਰਟ। ਕਾਕਾ ਕਿੱਥੋਂ ਆਇਆ ਤੂੰ? ਤੇਲ ਘਰ 'ਚ ਆਇਆ ਪਾਉਣ? ਬੋਤਲ 'ਚ ਐਡਵਾਂਸ ਕਰਨਾ ਤੇਲ ਪਹਿਲਾਂ? ਹਾਂ ਅੱਛਾ, ਕਿੰਨੇ ਚਿਰ ਤੋਂ ਖੜ੍ਹਾ ਇੱਥੇ? ਕਿੰਨੇ ਚਿਰ ਤੋਂ ਖੜ੍ਹਾ? ਇੱਕ ਘੰਟਾ ਹੋ ਗਿਆ। ਕਿੰਨਾ ਟਾਈਮ ਤੁਹਾਨੂੰ ਇੱਥੇ ਖੜ੍ਹੇ ਹੋ ਗਿਆ? ਅੱਛਾ, ਕੀ ਕਰਨਾ? ਤੇਲ ਪਾਉਣਾ ਹੈ, ਪੈਟਰੋਲ ਪਾਉਣਾ ਹੈ ਭਾਜੀ। ਰੋਲਾ ਪਿਆ ਕਹਿੰਦੇ, ਹਫ਼ਤਾ ਪੰਪ ਨਹੀਂ ਖੁੱਲ੍ਹੇ। ਕੀ ਕਹਿੰਦੇ ਜੀ? ਰੋਲਾ ਕਿਹਾ ਪਿਆ? ਰੋਲਾ ਇਹ ਪਿਆ ਕਿ ਹਫ਼ਤਾ ਪੰਪ ਨਹੀਂ ਖੁੱਲ੍ਹੇ, ਕੋਈ ਹੜਤਾਲ ਆ ਕੋਈ। ਅੱਛਾ, ਠੀਕ ਹੈ। ਇਸ ਕਰਕੇ ਤੁਸੀਂ ਤੇਲ ਪਾਉਣ ਆਏ ਆ? ਇਹ ਤਾਂ ਭਲਾ ਤੋਂ ਹੀ ਹੈ। ਭਲਾ ਤੋਂ ਭਾਜੀ, ਹਾਂਜੀ, ਦੋ ਕਿਲੋ। ਅੱਜ ਤੇਲ ਦੀ ਇੰਨੀ ਰਸ਼ ਆ, ਕੀ ਕਹਿਣਾ ਚਾਹੁੰਦੇ ਆ? ਤੇਲ ਗੱਡੀਆਂ ਦੀ ਹੜਤਾਲ ਕਰਕੇ ਗੱਡੀਆਂ ਦਾ। ਤੁਹਾਡੇ ਕੋਲ ਕਿੰਨਾ ਤੇਲ ਸਟੋਕ ਪਿਆ ਹਲੇ ਪੈਟਰੋਲ ਦਾ? ਸਟੋਕ ਆਪਣੇ ਕੋਲ ਇੱਕ ਦਿਨ ਦਾ ਹੈ, ਦੋ ਦਿਨ ਦਾ ਹੈਗਾ। ਦੋ ਦਿਨ ਦਾ ਹੈਗਾ ਤੇ ਡੀਜ਼ਲ? ਡੀਜ਼ਲ ਖਤਮ। ਡੀਜ਼ਲ ਖਤਮ ਹੈ ਜੀ? ਡੀਜ਼ਲ ਖਤਮ ਹੈ ਜੀ। ਕੱਲ ਲੋਕਾਂ ਨੂੰ ਕੀ ਦੇਣਾ ਚਾਹੁੰਦੇ ਆ? ਕਿਆ ਤਾਂ ਹੜਤਾਲ ਖੁੱਲੂਗੀ ਤਾਂ ਹੀ ਆ ਜੀ, ਸੁਝਾਅ ਇਹੀ ਆ ਵੀ ਸ਼ੋਰਟੇਜ ਕੋਈ ਨਹੀਂ ਹੈਗੀ ਪਿੱਛੇ। ਅੱਛਾ ਜੀ, ਇੱਕ ਅੱਧੇ ਦਿਨ ਦੀ ਗੱਲ ਆ, ਤੇਲ ਵਾਧੂ ਹੋ ਜਾਣਾ। ਤੇ ਜਿੱਦਾਂ ਲੋਕੀ ਬੋਤਲਾਂ 'ਚ ਕੈਨੀਆਂ ਲੈ ਕੇ ਆਉਂਦੇ ਆ ਸਟੋਕ ਕਰਦੇ, ਤੇ ਸਟੋਕ ਕਰਨ ਦੇ ਬੋਤਲ 'ਚ ਤੇਲ ਅਸੀਂ ਕਹਿੰਦੇ ਨਾ ਪਾਓ, ਆਪਣੇ ਮੋਟਰਸਾਈਕਲ 'ਚ ਪਾਓ, ਹਰ ਬੰਦੇ ਨੂੰ ਤੇਲ ਮਿਲ ਜੇ। ਹੱਥ ਪੰਪ ਦੇ ਤੇਲ ਪਾਉਣ ਆਏ ਆ, ਕੀ ਕਹਿਣਾ ਚਾਹੁੰਦੇ ਆ ਇੰਨਾ ਰਸ਼ ਦੇਖ ਕੇ? ਬਹੁਤ ਰਸ਼ ਆ ਜੀ, ਇਸ ਵੇਲੇ ਤਾਂ ਦੇਖੋ ਬਹੁਤ ਬੁਰਾ ਹਾਲ ਹੋ ਰਿਹਾ। ਤੇ ਪੈਟਰੋਲ ਤਾਂ ਮਤਲਬ ਕਿ ਜਿਹੜਾ ਨਾ ਆਮ ਲੋਕਾਂ ਦੀ ਸੁਵਿਧਾ ਦੇ ਹਿਸਾਬ ਦੇ ਨਾਲ ਮਿਲਣਾ ਚਾਹੀਦਾ, ਤੇ ਇਹ ਗਲਤ ਹੋ ਰਿਹਾ ਜੋ ਕੁਝ ਵੀ ਹੋ ਰਿਹਾ। ਨਹੀਂ, ਪਿੱਛੋਂ ਤੇਲ ਬੰਦ ਹੋ ਗਿਆ ਜਾਂ ਕੀ ਹਿਸਾਬ ਆ ਰਿਹਾ? ਇਸ ਵੇਲੇ ਰੌਲਾ ਇਹ ਹੈ ਕਿ ਮਤਲਬ ਕਿ ਜੋ ਕੋਈ ਕਾਨੂੰਨ ਬਣੇ ਆ ਡਰਾਈਵਰਾਂ ਵਾਸਤੇ ਉਹ ਗਲਤ ਬਣਿਆ, ਉਹਦੇ ਕਰਕੇ ਲੋਕਾਂ ਦੇ ਦਿਮਾਗ ਵਿੱਚ ਆ ਕੇ ਪੈਟਰੋਲ ਮਿਲਣਾ ਜਾਂ ਨਹੀਂ ਮਿਲਣਾ।